ਕਿਸੇ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਐਕਟੀਵਿਟੀ ਨਹੀਂ ਕਰੀ ਦੀ ਜਾਂ ਲੋਕਾਂ 'ਚ ਨਹੀਂ ਜਾਈਦਾ। ਉਹ ਕਾਂਗਰਸ ਪਾਰਟੀ ਦੇ ਲੀਡਰ ਉਹ ਆਪਸ ਵਿੱਚ ਹੀ ਭਿੜੀ ਜਾਂਦੇ, ਉਹਨਾਂ ਦਾ ਕੋਈ ਇੱਕ ਹੀ ਨਹੀਂ ਹੈਗਾ। ਪਹਿਲਾਂ ਬਰਥਡੇ ਬਣਾ ਕੇ ਵੀਡੀਓ ਬਾਹਰ ਭੇਜਦੇ, ਫਿਰ ਲੋਕ ਪਾਉਣ ਡਰਾਉਂਦੇ ਆ। ਅੱਜ ਮੁੱਢਲੀ ਜ਼ਿੰਮੇਵਾਰੀ 'ਚ ਸਰਕਾਰ ਫੇਲ ਹੋਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖਦੇ ਹੋ ਨਿਰਪੱਖ ਪੋਸਟ। ਮੈਂ ਦਾਰਕ ਵਧੀ ਮੌਜੂਦ ਹਾਂ ਜੀ KPG ਰਿਸੋਰਟ ਰਣੀਆਂ ਦੇ ਵਿੱਚ, ਜਿੱਥੇ ਕਿ ਇੱਥੇ ਅੱਜ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮੀਟਿੰਗ ਆ ਉਹ ਵੱਡੇ ਪੱਧਰ 'ਤੇ ਹੋ ਰਹੀ ਆ। ਜਿਹੜੀਆਂ ਜੁਆਇਨਾਂਗਾ ਨੇ ਉਹ ਹੋ ਰਹੀਆਂ ਨੇ, ਸਾਡੇ ਕੋਲ ਮੌਜੂਦ ਨੇ ਪਰਮਿੰਦਰ ਸਿੰਘ ਜੀ ਬਰਾੜ, ਆਪਾਂ ਇਹਨਾਂ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਹਿ ਸਕਦੇ ਹਾਂ ਆਪਾਂ, ਜਾਂ ਫਿਰ ਜਾਂ ਆਉਣ ਵਾਲੀਆਂ ਜੋ ਕੋਈ ਵੀ ਇਲੈਕਸ਼ਨਾਂ ਨੂੰ ਕਹਿ ਕੇ ਕਹਿ ਲੈ ਸਕਦੇ ਹਾਂ ਆਪਾਂ, ਵੀ ਜਿਹੜੇ ਵੱਡੇ ਪੱਧਰ 'ਤੇ ਇਲੈਕਸ਼ਨ ਅੱਜ ਜੁਆਇਨਿੰਗਾਂ ਹੋਈਆਂ ਨੇ, ਕਿਹੜੀਆਂ ਕਿਹੜੀਆਂ ਪਾਰਟੀਆਂ 'ਚੋਂ ਜਿਹੜੇ ਲੋਕ ਆਏ ਨੇ ਅਤੇ ਤੁਹਾਨੂੰ ਕਿਹੋ ਜਿਹਾ ਰਿਸਪੋਂਸ ਮਿਲਿਆ ਉਹਨਾਂ ਦਾ? ਦੇਖੋ, ਮੈਂ ਤੁਹਾਡੇ ਜ਼ਰੀਏ ਪੰਜਾਬ ਵਾਸੀਆਂ ਨੂੰ ਦੱਸਣਾ ਚਾਹੁੰਦਾ ਵੀ ਅਸੀਂ ਕਿਸੇ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਕੋਈ ਐਕਟੀਵਿਟੀ ਨਹੀਂ ਕਰੀ ਦੀ ਜਾਂ ਲੋਕਾਂ 'ਚ ਨਹੀਂ ਜਾਈਦਾ। ਅਸੀਂ 365 ਦਿਨ 5 ਸਾਲ ਕੋਈ ਇਲੈਕਸ਼ਨ ਆਵੇ ਜਾਵੇ ਅਸੀਂ ਲੋਕਾਂ ਦੇ ਵਿੱਚ ਰਹੀਦਾ। ਦੇਸ਼ ਲਈ ਕੰਮ ਕਰਨ ਵਾਲੇ ਲੋਕ ਹੈ, ਵਰਕਰ ਹੈ ਪਾਰਟੀ ਦੇ। ਸੋ ਅੱਜ ਮੋਦੀ ਸਾਹਿਬ ਦੀਆਂ ਨੀਤੀਆਂ ਨੂੰ ਦੇਖ ਕੇ ਹੋਏ, ਜੋ 9 ਸਾਲਾਂ 'ਚ ਉਹਨਾਂ ਦੇਸ਼ ਦੇ ਵਿੱਚ ਕੰਮ ਕੀਤੇ, ਜੋ ਪੰਜਾਬ ਲਈ ਕੰਮ ਕੀਤੇ, ਪੰਜਾਬੀਆਂ ਲਈ ਕੰਮ ਕੀਤੇ, ਇਹਨੂੰ ਦੇਖਦੇ ਹੋਏ ਅੱਜ ਚਾਹੇ ਕਾਂਗਰਸ ਸੀ, ਚਾਹੇ ਅਕਾਲੀ ਦਲ ਸੀ, ਚਾਹੇ ਆਪ ਸੀ, ਸਾਰੀਆਂ ਪਾਰਟੀਆਂ ਨੂੰ ਛੱਡ ਕੇ ਸ਼ਿਵ ਸੈਨਾ ਹੋ ਗਈ ਵੱਡੇ ਪੱਧਰ ਦੇ ਉੱਤੇ। ਅੱਜ ਨੌਜਵਾਨ ਵੀ ਜੁਆਇਨ ਕੀਤੇ, ਭੈਣਾਂ ਵੀ ਜੁਆਇਨ ਕੀਤੀਆਂ, ਬਜ਼ੁਰਗ ਵੀ ਜੁਆਇਨ ਕੀਤੇ, ਇੰਡਸਟਰੀਅਲਿਸਟ ਵੀ ਜੁਆਇਨ ਕੀਤੇ, ਸੋਸ਼ਲ ਵਰਕਰ ਵੀ ਜੁਆਇਨ ਕੀਤੇ, ਅਤੇ 100 ਦੀ ਤਾਦਾਦ ਦੇ ਵਿੱਚ ਅੱਜ ਗਿੱਲ ਹਲਕੇ ਦੇ ਵਿੱਚ ਜੁਆਇਨਿੰਗ ਹੋਈ ਹੈ। ਪੰਜਾਬ ਦੇ ਵਿੱਚ ਦਿਨ ਦਿਹਾੜੇ ਲੁੱਟਾਂ ਖੋਹਾਂ ਕਤਲੋ ਗਾਰਤ ਹੋ ਰਹੀ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਕਿਸੇ ਵੀ ਸੂਬੇ ਦੀ ਸਰਕਾਰ ਦਾ ਜੇ ਕੋਈ ਸਭ ਤੋਂ ਪਹਿਲਾਂ ਫਰਜ਼ ਹੁੰਦਾ ਤਾਂ ਉਹ ਹੁੰਦਾ ਲੋਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ, ਆਪਣੇ ਜਿਹੜੇ ਨਾਗਰਿਕ ਹੈ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣਾ। ਅੱਜ ਮੁੱਢਲੀ ਜ਼ਿੰਮੇਵਾਰੀ 'ਚ ਹੀ ਸਰਕਾਰ ਫੇਲ ਹੋ ਗਈ ਹੈ। ਅੱਜ ਜੇਲ੍ਹਾਂ ਦੇ ਵਿੱਚੋਂ ਗੈਂਗਸਟਰ ਵੀਡੀਓ ਬਣਾ ਬਣਾ ਕੇ ਬਾਹਰ ਭੇਜ ਰਹੇ ਆ ਬਰਥਡੇ ਮਨਾਉਂਦੇ ਦੀ, ਉਹਦਾ ਕਾਰਨ ਸਮਝੋ ਕੀ ਹੈ? ਉਹ ਪਹਿਲਾਂ ਬਰਥਡੇ ਬਣਾ ਕੇ ਵੀਡੀਓ ਬਾਹਰ ਭੇਜਦੇ, ਫਿਰ ਲੋਕਾਂ ਨੂੰ ਡਰਾਉਂਦੇ ਆ ਵੀ ਆਹ ਵੀਡੀਓ ਬਣਾ ਕੇ ਅਸੀਂ ਭੇਜੀ ਸੀ, ਵੇਖ ਲਓ ਅਗਲੀ ਤੁਹਾਡੀ ਆਊਗੀ ਜੇ ਤੁਹਾਡੇ ਘਰ ਅਸੀਂ ਹਮਲਾ ਕਰਾਂਗੇ। ਕਿਸੇ ਦੀ ਮਜਾਲ ਹੈ ਪੰਜਾਬ ਦੀ ਜੇਲ੍ਹ 'ਚੋਂ ਸ਼ਰੇਆਮ ਵੀਡੀਓ ਬਣਾ ਦੇ ਅਤੇ ਕੋਈ ਪੰਜਾਬ ਦੀ ਪੁਲਿਸ ਉਹਨੂੰ ਹੱਥ ਨਾ ਲਾਵੇ? ਅੱਜ ਇਹ ਸਭ ਕੁਛ ਪੰਜਾਬ ਦੀ ਪੁਲਿਸ ਦੀ ਸ਼ਹਿ ਅਤੇ ਆਮ ਆਦਮੀ ਦੀ ਸਰਕਾਰ ਦੇ ਲੀਡਰਾਂ ਦੀ ਸ਼ਹਿ ਦੇ ਉੱਤੇ ਸਾਰਾ ਕੁਛ ਹੋ ਰਿਹਾ। ਦਿਨ ਦਿਹਾੜੇ ਫਰੌਤੀਆਂ ਮੰਗੀਆਂ ਜਾ ਰਹੀਆਂ, ਕਤਲ ਹੋ ਰਹੇ ਹੈ, ਕਿ ਇਸ ਬਦਲਾਵ ਲਈ ਵੋਟ ਪਾਈ ਸੀ? ਬੜੀ ਮੰਦਭਾਗੀ ਗੱਲ। ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਕੀ ਤੁਸੀਂ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਉਹ ਪੈਰ ਜਮਾ ਸਕੋਗੇ? ਇਕੱਲੀ ਭਾਰਤੀ ਜਨਤਾ ਪਾਰਟੀ ਹੈ ਜਿਹਦੇ 'ਚ ਹਰ ਰੋਜ਼ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ, ਜੁਆਇਨਿੰਗ ਹੋ ਰਹੀ ਹੈ। ਚਾਹੇ ਸੰਗਰੂਰ ਬਾਈ ਇਲੈਕਸ਼ਨ ਲਾ ਲਓ, ਚਾਹੇ ਜਲੰਧਰ ਬਾਈ ਇਲੈਕਸ਼ਨ ਲਾ ਲਓ, ਇਕੱਲੀ ਭਾਜਪਾ ਜੀ ਦਾ 5% ਤੋਂ ਵੋਟ ਵੱਧ ਕੇ 15% ਹੋਇਆ, 3 ਗੁਣਾ ਵਧਿਆ। ਆਪ ਜਿੱਤੀ ਜ਼ਰੂਰ ਹੈ ਪਰ ਉਹਦਾ 1,00,000 ਵੋਟ ਘਟਿਆ। ਇਹ ਅਸੀਂ ਉਹ 15% ਦੇ ਨਾਲ ਪੰਜਾਬ ਦੇ ਵਿੱਚ ਜਿੱਤ ਹਾਸਲ ਕਰ ਸਕਾਂਗੇ? 15% ਮੈਂ ਪੁਰਾਣੀ ਗੱਲ ਕਰਦਾ, ਅੱਜ ਡੇਲੀ ਵੋਟ ਸ਼ੇਅਰ ਵੱਧ ਰਿਹਾ ਸਾਡਾ। ABP ਵਿਰੋਧੀ ਹੈ, ਭਾਜਪਾ ਦੇ ਵਿਰੋਧੀ ਚੈਨਲ ਹੈ, ਉਹਨੇ ਸਰਵੇ ਦਿੱਤਾ ਵੀ ਸਭ ਤੋਂ ਵੱਧ ਤੇਜ਼ੀ ਦੇ ਨਾਲ ਜੇ ਕਿਸੇ ਪਾਰਟੀ ਦਾ ਗ੍ਰਾਫ ਵੱਧ ਰਿਹਾ ਤਾਂ ਭਾਰਤੀ ਜਨਤਾ ਪਾਰਟੀ ਦਾ ਵੱਧ ਰਿਹਾ, ਅਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਜੇ ਸਭ ਤੋਂ ਕੋਈ ਮਜ਼ਬੂਤ ਹੋ ਕੇ ਵੀ ਅੱਗੇ ਆਊਗਾ, ਜਿਹਦੀ ਲੜਾਈ ਪੰਜਾਬ 'ਚ ਹੋਊ, ਜਿਹੜੇ ਲੋਕ ਸੀਟਾਂ ਜਿੱਤਣਗੇ ਤਾਂ ਉਹ ਸਿਰਫ ਭਾਰਤੀ ਜਨਤਾ ਪਾਰਟੀ ਹੈ। ਜਿਹੜੇ ਅੱਜ ਲੋਕ ਤੁਹਾਡੇ ਕੋਲ ਜੁਆਇਨਿੰਗਾਂ ਕਰ ਰਹੇ ਨੇ ਉਹ ਪਹਿਲਾਂ ਦੋ ਪਾਰਟੀਆਂ ਛੱਡ ਕੇ ਆ ਰਹੇ ਨੇ, ਕੀ ਤੁਹਾਡੇ ਕੋਲੋਂ ਟਿਕ ਸਕਣਗੇ? ਕਿਉਂ ਨਹੀਂ ਟਿਕ ਸਕਣਗੇ? ਉਹਨਾਂ ਜਾ ਕੇ ਦੇਖਿਆ ਰਵਾਇਤੀ ਪਾਰਟੀਆਂ ਨੂੰ ਜਿਉਂ ਛੱਡ ਕੇ ਉਹ ਆਪ 'ਚ ਗਏ, ਉਹਨਾਂ ਦੇਖਿਆ ਕਿਸ ਤਰੀਕੇ ਦਾ ਝੂਠ ਹੈ, ਕਿਸ ਤਰੀਕੇ ਦਾ ਫਰੇਬ ਆ, ਉੱਥੇ ਕਿਵੇਂ ਠੱਗਿਆ ਠੱਗਿਆ ਮਹਿਸੂਸ ਕਰ ਰਹੇ, ਕਿਵੇਂ ਪੰਜਾਬ ਨਾਲ ਧੋਖਾ ਹੋਇਆ। ਅੱਜ ਉਹ ਧੋਖੇ ਤੋਂ ਤੰਗ ਆ ਕੇ
ਅੱਜ ਉਹ ਆਪਦੇ ਬੱਚਿਆਂ ਦੇ ਭਵਿੱਖ ਲਈ, ਪੰਜਾਬ ਦੇ ਭਵਿੱਖ ਲਈ ਭਾਰਤੀ ਜਨਤਾ ਪਾਰਟੀ, ਅੱਜ ਉਹ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਰਹੇ ਨੇ। ਪੰਜਾਬ ਦੇ ਵਿੱਚ ਸਰਕਾਰ ਆਮ ਪਾਰਟੀ ਦੀ ਆ, ਕੱਲ੍ਹ ਨੂੰ ਉਹਨਾਂ ਦੇ ਨਾਲ ਕੋਈ ਧੱਕਾ ਹੋ ਰਿਹਾ ਅਤੇ ਜਿਹੜੀ ਭਾਜਪਾ ਭਾਰਤੀ ਜਨਤਾ ਪਾਰਟੀ ਕੀ ਉਹਨਾਂ ਦੇ ਨਾਲ ਖੜੂਗੀ? ਇੱਥੇ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਆ ਦੇਸ਼ ਦੇ, ਕਿਸੇ ਦੀ ਜ਼ਰੂਰਤ ਨਹੀਂ ਭਾਜਪਾ ਦੇ ਕਿਸੇ ਵਰਕਰ ਬੰਨੀ ਉਂਗਲ ਚੱਕ ਕੇ ਵੇਖੇ। ਭਗਵੰਤ ਮਾਨ ਨੇ ਕੋਸ਼ਿਸ਼ ਕੀਤੀ ਸੀ ਤਜਿੰਦਰ ਬੱਗੇ ਨੂੰ ਦਿੱਲੀਓਂ ਚੱਕ ਕੇ ਲਿਆਉਣ ਦੀ, ਅੱਜ ਪੰਜਾਬ ਦੀ ਪੁਲਿਸ ਤਰੀਕਾਂ ਭੁਗਤਣ ਜਾਂਦੀ ਆ। ਪਹਿਲੀ ਵਾਰੀ ਹੋਇਆ, ਹੱਥ ਲਾ ਕੇ ਤਾਂ ਵੇਖਣ ਕਿਸੇ ਵਰਕਰ ਸਾਡੇ ਵੰਨੀ ਝਾਕ ਕੇ ਵੇਖਣ, ਇਹਨਾਂ ਨੂੰ ਪਤਾ ਲੱਗ ਜੂ। ਠੀਕ ਆ ਜੀ, ਇਹ ਸਨ ਪਰਮਿੰਦਰ ਸਿੰਘ ਜੀ ਬਰਾੜ ਭਾਰਤੀ ਜਨਤਾ ਪਾਰਟੀ, ਜਿਨ੍ਹਾਂ ਨੇ ਕਿ ਅੱਜ ਇੱਥੇ ਵੱਡੀ ਪੱਧਰ 'ਤੇ ਜਿਹੜੇ ਜੁਆਇਨਿੰਗਾਂ ਕੀਤੀਆਂ ਨੇ ਅਤੇ ਇਹਨਾਂ ਨੇ ਦੱਸਿਆ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਆਉਣ ਵਾਲੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੀ ਉਹ ਜਿੱਤ ਯਕੀਨੀ ਬਣੂਗੀ। ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਪਿੰਡ ਰਣੀਏ ਦੇ ਕੇ ਪੀ ਜੀ ਰਿਸੋਰਟ ਦੇ ਵਿੱਚ ਜਿਹੜੀਆਂ ਜੁਆਇਨਿੰਗਾਂ ਹੋ ਰਹੀਆਂ ਨੇ, ਅੱਜ ਵੱਡੇ ਪੱਧਰ 'ਤੇ ਜੁਆਇਨਿੰਗਾਂ ਇੱਥੇ ਹੋਈਆਂ ਹਨ। ਸਾਡੇ ਕੋਲ ਉਹ ਸਾਡੇ ਜਿਹੜੇ ਜੁਆਇਨਿੰਗਾਂ ਜਿਨ੍ਹਾਂ ਨੇ ਕੀਤੀਆਂ ਨੇ ਉਹ ਬਾਈ ਜੀ ਹੁਣੀ ਮੌਜੂਦ ਹੈ ਨਾ, ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਬਾਈ ਜੀ, ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਹੈਗਾ, ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਰ, ਮੇਰਾ ਨਾਮ ਹੈਗਾ ਜੀ ਪਵਨਦੀਪ ਸਿੰਘ ਨਿੱਕਾ। ਤੁਸੀਂ ਵੀ ਅੱਜ ਭਾਜਪਾ ਭਾਰਤੀ ਜਨਤਾ ਪਾਰਟੀ ਆ ਜਿਹੜੀ ਉਹ ਜੁਆਇਨ ਕੀਤੀ ਆ, ਕੀ ਸੋਚ ਕੇ ਕੀਤੀ ਹੈ ਅਤੇ ਜਿਹੜਾ ਤੁਹਾਡਾ ਅਗਲਾ ਜਿਹੜਾ ਸੁਪਨਾ ਉਹ ਕੀ ਆ? ਕੁਛ ਨਹੀਂ, ਪਾਰਟੀ ਦੀਆਂ ਗਤੀਵਿਧੀਆਂ ਦੇਖ ਕੇ ਮੈਨੂੰ ਵਧੀਆ ਲੱਗੀਆਂ। ਮੈਂ ਅੱਜ ਰਮਿੰਦਰ ਸਿੰਘ ਸੰਗਵਾਲ ਅਤੇ ਸਾਡੇ ਪਰਮਿੰਦਰ ਸਿੰਘ ਬਰਾੜ ਜੀ ਉਹਨਾਂ ਦੀ ਅਗਵਾਈ ਹੇਠ ਪਾਰਟੀ ਨੂੰ ਜੁਆਇਨ ਕੀਤਾ। ਜੋ ਵੀ ਮੈਨੂੰ ਪਾਰਟੀ ਕੰਮ ਕਹੂਗੀ ਮੈਂ ਤਨ ਮਨ ਤਨ ਦੇ ਨਾਲ ਨਿਭਾਊਂਗਾ ਫਰਜ਼ ਆਪਣਾ। ਪਹਿਲਾਂ ਤੁਸੀਂ ਕਿਹੜੀ ਪਾਰਟੀ ਸੀ? ਪਹਿਲਾਂ ਮੈਂ ਕਾਂਗਰਸ ਪਾਰਟੀ ਦੇ ਵਿੱਚ ਸੀਗਾ ਜੀ। ਕਾਂਗਰਸ ਪਾਰਟੀ ਦੇ ਵਿੱਚ ਤੁਹਾਨੂੰ ਇਹੋ ਜਿਹੀਆਂ ਕਿਹੜੀਆਂ ਨਾਕਾਮੀਆਂ ਦੇਖੀਆਂ ਵੀ ਜਿਹੜੀਆਂ ਤੁਸੀਂ ਉਹ ਪਾਰਟੀ ਦੇ ਵਿੱਚ ਖੜ ਨਹੀਂ ਸਕੇ? ਦੇਖੋ, ਕਾਂਗਰਸ ਪਾਰਟੀ ਦੇ ਲੀਡਰ ਉਹ ਆਪਸ ਵਿੱਚ ਹੀ ਭਿੜੀ ਜਾਂਦੇ, ਉਹਨਾਂ ਦਾ ਕੋਈ ਇੱਕ ਹੀ ਨਹੀਂ ਹੈਗਾ। ਦੋਨੇ ਕਦੇ ਕੁਛ ਆਪਸ ਵਿੱਚ ਹੀ ਲੜੀ ਜਾਂਦੇ ਆ। ਮੈਂ ਉਹਨਾਂ ਨੂੰ ਦੇਖਦਿਆਂ ਹੋਇਆ ਮੈਨੂੰ ਵਧੀਆ ਨਹੀਂ ਲੱਗਿਆ, ਮੈਂ ਅੱਜ BJP 'ਚ ਜੁਆਇਨ ਕੀਤਾ ਰਮਿੰਦਰ ਸਿੰਘ ਸੰਗਵਾਲ ਦੀ ਅਗਵਾਈ ਹੇਠ। ਕਾਂਗਰਸ ਦੀ ਆਪਸੀ ਖਿੱਚੋ ਤਾਣ, ਆਪਸੀ ਲੜਾਈ ਨੂੰ ਲੈ ਕੇ ਜਿਹੜੇ ਇਹ ਪਵਨਦੀਪ ਸਿੰਘ ਜੀ ਪਿੰਡ ਚੌਕੀ ਤੋਂ ਅੱਜ ਜਿਨ੍ਹਾਂ ਨੇ ਭਾਜਪਾ ਜੁਆਇਨ ਕੀਤੀ ਆ, ਉਹ ਇਸ ਗੱਲ ਤੋਂ ਉਹਨਾਂ ਨੇ ਕੀਤੀ ਆ ਵੀ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਦੇ ਵਿੱਚ ਖਿੱਚੋ ਤਾਣ, ਜਿਹੜੀ ਲੜਾਈ ਝਗੜੇ ਆਮ ਸਾਨੂੰ ਦੇਖਣ ਨੂੰ ਮਿਲ ਰਹੇ ਸਨ, ਇਸ ਚੀਜ਼ ਤੋਂ ਦੁਖੀ ਹੋ ਕੇ ਅੱਜ ਅਸੀਂ ਭਾਜਪਾ ਜਿਹੜੀ ਉਹ ਜੁਆਇਨਿੰਗ ਕੀਤੀ ਆ। ਅਤੇ ਤੁਹਾਡਾ ਅੱਗੇ ਕੀ ਨਿਸ਼ਾਨਾ? ਅੱਗੇ ਕੋਈ ਨਿਸ਼ਾਨਾ ਨਹੀਂ। ਦੇਖੋ ਜੀ, ਸਰਪੰਚੀ ਲੜਨੀ ਆ ਪਿੰਡ ਦੀ? ਸਰਪੰਚੀ ਤਾਂ ਚਲੋ ਦੇਖਾਂਗੇ ਜਿਹੋ ਜਿਹਾ ਮਾਹੌਲ। ਜਦੋਂ ਆਪਾਂ ਕੋਈ ਵੀ ਪਾਰਟੀ ਨਵੀਂ ਜੁਆਇਨ ਕਰਦੀ ਆ ਸਾਡੇ ਮੁੱਖ ਨਿਸ਼ਾਨੇ ਹੁੰਦੇ ਨੇ, ਤੁਹਾਡਾ ਵੀ ਕੋਈ ਇਸ ਤਰ੍ਹਾਂ? ਲੜਾਂਗੇ ਜੀ। ਹਾਂਜੀ, ਤੁਹਾਡੇ ਸਾਡੇ ਕੋਲ ਹੋਰ ਵੀ ਬਾਈ ਜੀ ਹੁਣੀ ਮੌਜੂਦ ਨੇ ਡੇਲੋ ਤੋਂ, ਕਰਮਜੀਤ ਸਿੰਘ ਖਾਲਸਾ ਜੀ ਸਾਹਿਬ, ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ। ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਰਮਜੀਤ ਸਿੰਘ ਖਾਲਸਾ, ਮੈਂ ਡੇਲੋ ਤੋਂ ਖਾਲਸਾ ਪ੍ਰੋਪਰਟੀ ਦਫ਼ਤਰ ਆਪਣਾ। ਅਸੀਂ ਪਹਿਲਾਂ ਆਮ ਪਾਰਟੀ ਨਾਲ ਸੀ ਪਰ ਹੁਣ ਅਸੀਂ ਉੱਥੇ ਸਾਡਾ ਬਣਦਾ ਮਾਣ ਸਨਮਾਨ ਨਹੀਂ ਮਿਲਿਆ, ਇਸ ਕਰਕੇ ਅਸੀਂ ਅੱਜ ਭਾਜਪਾ ਜੁਆਇਨ ਕੀਤੀ ਹੈ। ਸਾਨੂੰ ਇਹਨਾਂ ਦੀਆਂ ਨੀਤੀਆਂ ਬਹੁਤ ਚੰਗੀਆਂ ਲੱਗੀਆਂ ਨੇ। ਪਰਮਿੰਦਰ ਸਿੰਘ ਜੀ ਬਰਾੜ ਸਾਹਿਬ, ਅਰਵਿੰਦਰ ਜੀ ਸੰਗਵਾਲ ਸਾਹਿਬ, ਉਹਨਾਂ ਦੀ ਰਹਿਨੁਮਾਈ ਹੇਠ ਅਸੀਂ ਅੱਜ ਪਾਰਟੀ ਜੁਆਇਨ ਕੀਤੀ ਹੈ। ਸਾਨੂੰ ਬਹੁਤ ਚੰਗਾ ਲੱਗਿਆ, ਸਾਨੂੰ ਜੋ ਪਾਰਟੀ ਸੇਵਾ ਲਾਊਗੀ ਅਸੀਂ ਆਪਣੀ ਤਨ ਮਨ ਨਾਲ ਉਹ ਸੇਵਾ ਨਿਭਾਵਾਂਗੇ ਜੀ। ਆਮ ਪਾਰਟੀ ਨੂੰ ਅਜੇ ਸੱਤਾ ਦੇ ਵਿੱਚ ਆਏ ਨੂੰ ਤਕਰੀਬਨ 2 ਸਾਲ ਹੋਣ ਵਾਲੇ ਨੇ, ਇਹੋ 2 ਸਾਲਾਂ ਦੇ ਵਿੱਚ ਤੁਸੀਂ ਕੀ ਦੇਖ ਲਿਆ ਵੀ ਜਿਨ੍ਹਾਂ ਕਰਕੇ ਜਿਨ੍ਹਾਂ ਦੀਆਂ ਸੇਵਾਵਾਂ ਤੋਂ ਤੁਸੀਂ ਨਾਖੁਸ਼ ਹੋ ਕੇ ਭਾਜਪਾ ਪਾਰਟੀ ਜਿਹੜੀ ਜੁਆਇਨ ਕੀਤੀ ਹੈ, ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਸਨ ਉਹ? ਯਾਰ, ਨੀਤੀਆਂ, ਅਸੀਂ ਪ੍ਰੋਪਰਟੀ ਦਾ ਕੰਮ ਕਰਦੇ ਹਾਂ, ਤਹਿਸੀਲਾਂ ਦੇ ਵਿੱਚ ਜਿਹੜਾ 5000 'ਚ ਕੰਮ ਹੁੰਦਾ ਸੀ ਅੱਜ 25000 'ਚ ਹੁੰਦਾ। ਤਹਿਸੀਲਾਂ ਦੇ ਵਿੱਚ ਜਿਹੜਾ ਕੰਮ ਅਸੀਂ 5000 'ਚ ਕਰਦੇ ਅੱਜ 25000 'ਚ ਹੁੰਦਾ, ਕੰਮ ਵੀ ਨਹੀਂ ਹੁੰਦਾ। ਨਾ ਕੋਈ ਇੰਤਕਾਲ ਹੋਵੇ, ਨਾ ਕੋਈ ਰਜਿਸਟਰੀ ਹੋਵੇ, ਬੜੇ ਦੁਖੀ ਕੀਤੇ ਪਏ ਸਰਕਾਰਾਂ ਨੇ ਇਹਨਾਂ ਨੇ। ਇਸੇ ਕਰਕੇ ਅਸੀਂ ਦੁਖੀ ਹੋ ਕੇ ਅੱਜ ਅਸੀਂ ਭਾਜਪਾ ਜੁਆਇਨ ਕੀਤੀ ਆ, ਤਾਂ ਜੋ ਅਸੀਂ ਭਾਜਪਾ ਦੀ ਸਰਕਾਰ ਲਿਆਈਏ ਅਤੇ ਲੋਕਾਂ ਨੂੰ ਖੁਸ਼ਮਾ ਮਾਹੌਲ ਦੇ ਸਕੀਏ।
ਕੀ ਤੁਹਾਨੂੰ ਲੱਗਦਾ ਭਾਰਤੀ ਜਨਤਾ ਪਾਰਟੀ ਜਿਹੜਾ ਕੁਛ ਤੁਸੀਂ ਆਮ ਪਾਰਟੀ ਦੇ ਵਿੱਚ ਤੁਹਾਨੂੰ ਨਹੀਂ ਮਿਲਿਆ ਆਮ ਭਾਜਪਾ ਪਾਰਟੀ ਦੇ ਵਿੱਚੋਂ ਮਿਲੂਗਾ? ਜ਼ਰੂਰ ਮਿਲੂਗਾ ਜੀ। ਨਰਿੰਦਰ ਮੋਦੀ ਜੀ ਸਾਡੀ ਪੂਰੀ ਸਪੋਰਟ ਕਰਨਗੇ, ਸਾਡਾ ਪੂਰਾ ਸਾਥ ਦੇਣਗੇ। ਪੰਜਾਬ ਲਈ ਜੋ ਬਣਦਾ ਹੋਊਗਾ ਉਹ ਸਾਨੂੰ ਮਿਲੂਗਾ ਜੀ। ਪੰਜਾਬ ਦੇ ਵਿੱਚ ਆਮ ਪਾਰਟੀ ਸੱਤਾ ਦੇ ਵਿੱਚ ਆ, ਜਿਹੜੀ ਭਾਜਪਾ ਵਾ ਉਹ ਸੈਂਟਰ ਦੇ ਵਿੱਚ ਆ, ਕੀ ਤੁਸੀਂ ਪੰਜਾਬ 'ਚ ਰਹਿ ਕੇ ਭਾਜਪਾ ਦੇ ਨਾਲ ਖੁਸ਼ ਰਹੋਗੇ? ਖੁਸ਼ ਰਹਾਂਗੇ ਜੀ, ਕੋਈ ਦਿੱਕਤ ਨਹੀਂ ਸਾਨੂੰ। ਜਿਹੜੀ ਸੈਂਟਰ ਦੀ ਸਰਕਾਰ ਆ ਸਾਨੂੰ ਉਹਦਾ ਬਹੁਤ ਉਹ ਹੈ, ਸਾਨੂੰ ਜ਼ਰੂਰੀ ਨਹੀਂ ਵੀ ਅਸੀਂ ਇੱਥੇ, ਕੋਸ਼ਿਸ਼ ਕਰਾਂਗੇ ਲਿਆਵਾਂਗੇ ਇੱਥੇ ਵੀ, ਹੁਣ ਨਹੀਂ ਆਊ ਰੁੱਕ ਕੇ ਆਜੂਗੀ। ਬੈਂਕ ਜਿਹੜਾ ਬੈਂਕ ਬੋਰਡ ਆ ਸਾਡਾ ਵਧਿਆ, ਅਗਾਂਹ ਵਧੂਗਾ ਜੀ। ਜਿਵੇਂ ਕਿ ਕਰਮਜੀਤ ਸਿੰਘ ਖਾਲਸਾ ਡੇਲੋ ਇਹਨਾਂ ਨੇ ਦੱਸਿਆ, ਇਹਨਾਂ ਨੇ ਹੁਣੇ ਹੁਣੇ ਜਿਹੜੀ ਭਾਜਪਾ ਪਾਰਟੀ ਆ ਉਹ ਜੁਆਇਨ ਕੀਤੀ ਆ, ਆਮ ਪਾਰਟੀ ਦੀਆਂ ਗਤੀਵਿਧੀਆਂ ਤੋਂ ਆਮ ਪਾਰਟੀ ਦੇ ਕੰਮਾਂ ਕਾਰਾਂ ਤੋਂ ਨਾ ਖੁਸ਼ ਹੁੰਦੇ ਹੋਏ। ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਜਿਹੜੀ ਤਹਿਸੀਲਾਂ ਦੇ ਕੰਮ ਨੇ, ਜਿਹੜੇ ਪ੍ਰਾਪਰਟੀ ਦੇ ਕੰਮ ਨੇ ਉਹ ਰੁਕ ਗਏ ਹਨ, ਇਹ ਪ੍ਰਾਪਰਟੀ ਕੰਮ ਦੇ ਨਾਲ ਸੰਬੰਧ ਰੱਖਦੇ ਹਨ। ਇਹਨਾਂ ਨੇ ਦੱਸਿਆ ਵੀ ਉਹ ਕੰਮ ਵੱਡੀ ਪੱਧਰ 'ਤੇ ਰੁਕੇ ਗਏ ਹਨ, ਕੰਮ ਨਹੀਂ ਹੋ ਰਹੇ, ਅਸੀਂ ਸਾਡੇ ਜਿਹੜੇ ਰੁਜ਼ਗਾਰ ਨੇ ਉਹ ਮਾਰੇ ਜਾ ਰਹੇ ਹਨ। ਪਰ ਹੁਣ ਦੇਖਣਾ ਇਹ ਆ ਵੀ ਭਾਜਪਾ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਇਹ ਜਿਹੜੇ ਕੰਮ ਨੇ ਜਿਨ੍ਹਾਂ ਤੋਂ ਨਾ ਖੁਸ਼ ਹੁੰਦੇ ਆ ਇਹਨਾਂ ਨੇ ਭਾਜਪਾ ਜੁਆਇਨ ਕੀਤੀ ਆ ਵੀ ਉਹ ਹੋਣਗੇ, ਅਸੀਂ ਇਹਨਾਂ ਨਾਲ ਗੱਲ ਕੀਤੀ। ਮਿਹਰਬਾਨੀ, ਥੈਂਕ ਯੂ। ਹਾਂਜੀ ਸਰ, ਜਿਹੜੇ ਅੱਜ ਸ਼ਾਮਿਲ ਕੀਤੇ ਗਏ ਉਹਨਾਂ ਬਾਰੇ ਕੀ ਕਹਿਣਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗਿੱਲ ਹਲਕੇ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਆ ਤਾਂ ਜੋ ਅਸੀਂ ਜੋ ਸਾਡੇ ਪਰਿਵਾਰ ਦੇ ਵਿੱਚ ਸਾਡੇ ਗਿੱਲ ਹਲਕੇ ਤੋਂ ਸ਼ਾਮਿਲ ਹੋ ਰਹੇ ਨੇ ਸਾਡੇ ਭਰਾ ਭੈਣ ਅਤੇ ਵੀਰ ਮੇਰੇ, ਉਹਨਾਂ ਦਾ ਸਵਾਗਤ ਵੀ ਕਰਦੇ ਹਾਂ ਅਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਬਾਈ ਪਰਮਿੰਦਰ ਬਰਾੜ ਜੀ ਜੋ ਸਾਡੇ ਮਹਾਂ ਮੰਤਰੀ ਨੇ, ਉਹ ਉਚੇਚੇ ਤੌਰ 'ਤੇ ਇੱਥੇ ਪਹੁੰਚੇ ਨੇ। ਅਸੀਂ ਉਹਨਾਂ ਨੂੰ ਕੱਲ੍ਹ ਮੈਸੇਜ ਲਗਾਇਆ ਸੀ ਵੀ ਅਸੀਂ ਸਾਡੇ ਬੰਦੇ ਪਰਿਵਾਰ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਆ ਅਤੇ ਤੁਸੀਂ ਆ ਕੇ ਉਹਨਾਂ ਨੂੰ ਸ਼ਾਮਿਲ ਕਰੋ। ਇਹਨਾਂ ਨੇ ਸਾਨੂੰ ਉਸੇ ਟਾਈਮ ਕਿਹਾ ਵੀ ਜਦੋਂ ਮਰਜ਼ੀ ਟਾਈਮ ਰੱਖੋ, ਅਤੇ ਸਾਡੇ ਨਿੱਕੇ ਜਿਹੇ ਸੁਨੇਹੇ 'ਤੇ ਪਹੁੰਚੇ, ਇਹਨਾਂ ਨੇ ਸ਼ਾਮਿਲ ਕੀਤਾ, ਅਸੀਂ ਧੰਨਵਾਦ ਕਰਦੇ ਹਾਂ। ਅਤੇ ਆਪਦੇ ਭਰਾਵਾਂ ਨੂੰ ਸਾਰਿਆਂ ਨੂੰ ਮੈਂ ਵਿਸ਼ਵਾਸ ਦਵਾਉਣਾ ਵੀ ਲੁਧਿਆਣਾ ਰੂਰਲ ਦੀ ਟੀਮ ਜਿਹੜੀ ਆਪਾਂ ਇਕੱਠੇ ਹੋ ਕੇ ਬਣਾ ਰਹੇ ਹਾਂ ਅਤੇ ਇਸ ਦੇ ਵਿੱਚ ਕੰਮ ਕਰਾਂਗੇ ਤਾਂ ਇਕੱਠੇ ਕਰਾਂਗੇ, ਤੁਹਾਨੂੰ ਮਾਣ ਸਤਿਕਾਰ ਇਸ ਪਾਰਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਣਦਾ ਮਾਣ ਸਤਿਕਾਰ ਮਿਲੇਗਾ। ਜੋ ਤੁਸੀਂ ਕੰਮ ਕਰਨਾ ਚਾਹੋਗੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਜਿੱਦਾਂ ਮੈਨੂੰ ਇਹਨਾਂ ਨੇ ਟੀਮ ਨੇ ਜ਼ਿਲ੍ਹਾ ਦਾ ਪ੍ਰਧਾਨ ਲਗਾਇਆ, ਮੈਂ ਚਾਹੁੰਦਾ ਇਹ ਵੀ ਸਾਰੇ ਇਸੇ ਤਰ੍ਹਾਂ ਮਿਹਨਤ ਕਰਨ ਅਤੇ ਤਰੱਕੀਆਂ ਕਰਨ, ਮੈਂ ਇਹਨਾਂ ਦੇ ਨਾਲ ਹਾਂ ਹਰ ਟਾਈਮ।